ਪੰਜਾਬ ਭਰ ਦੇ ਵਿੱਚ ਰੋਜ਼ 4300 ਟਨ ਕੂੜਾ 4300 ਆਈ ਐਮ ਟੈਲਿੰਗ ਯੂ 4300,000 ਕਿਲੋਗ੍ਰਾਮਸ ਆਫ ਕੂੜਾ ਜਿਹਨੂੰ ਗਾਰਬੇਜ ਜਾਂ ਰਬਿਸ਼ ਜੋ ਵੀ ਤੁਸੀਂ ਕਹਿੰਦੇ ਹੋ ਉਹ ਪ੍ਰੋਡਿਊਸ ਜਨਰੇਟ ਹੁੰਦਾ ਸਾਡੇ ਹਾਊਸ ਹੋਲਡ ਜਿਹਨੂੰ ਮਿਊਂਸੀਪਲ ਵੇਸਟ ਕਹਿੰਦੇ ਹੋ ਤੁਸੀਂ ਅਤੇ ਉਹ ਸਾਰਾ ਦਾ ਸਾਰਾ ਜਿਹੜਾ ਕਿਤੇ ਟ੍ਰੀਟ ਨਹੀਂ ਹੋ ਰਿਹਾ ਕੁਛ ਪਰਸੈਂਟ ਟ੍ਰੀਟ ਹੋ ਰਿਹਾ ਹੋਊਗਾ ਮੈਨੂੰ ਯਾਦ ਹੈ ਪਿੱਛੇ ਜੇ ਇਹ ਖਬਰ ਆਈ ਸੀ ਅਖਬਾਰਾਂ ਦੇ ਵਿੱਚ ਕਿ ਪੰਜਾਬ ਨੇ 4 ਸੋਲਿਡ ਵੇਸਟ ਮੈਨੇਜਮੈਂਟ ਦੇ ਵੱਡੇ ਪਲਾਂਟ ਖੋਲ੍ਹਣੇ ਆ ਉਹਨਾਂ ਵਿੱਚੋਂ ਇੱਕ ਲਾਂਚ ਹੋਇਆ ਜਿਹੜਾ ਕਿ ਥੋੜ੍ਹੇ ਦਿਨਾਂ ਬਾਅਦ ਫੇਲ ਹੋ ਗਿਆ ਸੀ ਬਠਿੰਡੇ ਵਾਲਾ ਅਤੇ ਬਾਕੀ 3 ਕਦੇ ਖੁੱਲ੍ਹੇ ਹੀ ਨਹੀਂ ਮੈਂ ਇਸ ਟਾਈਮ ਲੁਧਿਆਣੇ ਦੇ ਇੱਕ ਚੌਂਕ ਦੇ ਵਿੱਚ ਹਾਂ ਮੇਨ ਰੋਡ ਹੈ ਇਹ ਐਜ਼ ਯੂ ਸੀ ਇਹ ਕੂੜੇ ਦਾ ਢੇਰ ਓਪਨ ਹੈ ਯੂ ਨੋ ਇਟਸ ਵੈਰੀ ਸਮੈਲੀ ਹੇਅਰ ਅਤੇ ਕੂੜੇ ਦੇ ਢੇਰ ਵਿੱਚ ਤੁਸੀਂ ਦੇਖ ਰਹੇ ਹੋ ਇਹ ਸਟਾਇਰੋਫੋਮ ਦੇ ਭਾਂਡੇ ਨੇ ਇਹ ਵਾਲੇ ਇਹ ਸਾਰੀ ਫੂਡ ਵੇਸਟ ਹੈ ਇੱਧਰ ਪਲਾਸਟਿਕ ਦੀ ਵੇਸਟ ਹੈ ਕਿਤੇ ਤੁਸੀਂ ਪੱਤੇ ਦੇਖ ਰਹੇ ਹੋ ਗਾਰਡਨ ਵੇਸਟ ਹੈ ਉੱਧਰ ਗਾਰਡਨ ਵੇਸਟ ਹੈ ਇਹ ਸਾਰੀਆਂ ਸਕਿਪਸ ਉਹ ਸਕਿਪ ਹੈ ਜਿਹੜੀ ਉਹਦੇ ਵਿੱਚ ਸਾਰੀ ਸਟਾਇਰੋਫੋਮ ਜਿਹਨੂੰ ਆਮ ਤੌਰ 'ਤੇ ਇੱਥੇ ਲੰਗਰਾਂ ਦੇ ਵਿੱਚ ਅਤੇ ਘਰਾਂ ਦੇ ਵਿੱਚ ਲੋਕ ਇਹਨੂੰ ਯੂਜ਼ ਐਂਡ ਥਰੋ ਕਰਕੇ ਇਹਨੂੰ ਯੂਜ਼ ਕਰਦੇ ਆ ਅਤੇ ਆਪਣੇ ਯੂ ਨੋ ਸੈਲੀਬ੍ਰੇਸ਼ਨਸ ਅਸੀਂ ਕਰਦੇ ਹਾਂ ਇਟਸ ਵੈਰੀ ਵੈਰੀ ਸਟਿੰਕੀ ਹੇਅਰ ਆ ਸਾਰੀ ਜਿਹੜੀ ਢੇਰ ਹੈ ਕੂੜੇ ਦੇ ਉੱਤੇ ਮੱਖੀਆਂ ਨੇ ਇਟਸ ਆਲ ਜਿਹੜਾ ਡਿਜ਼ੀਜ਼ ਦਾ ਘਰ ਹੈ ਵੀ ਕੈਨ ਨੋਟ ਸਟੈਂਡ ਹੇਅਰ ਫੋਰ ਮੋਰ ਇਹ ਤੁਸੀਂ ਦੇਖ ਰਹੇ ਹੋ ਇਹ ਸਾਰਾ ਕੂੜਾ ਵੀ ਕੈਨ ਵਾਕ ਇਹ ਕਿੰਨਾ ਸਾਰਾ ਕੂੜਾ ਇਹ ਸਿਰਫ ਮੈਂ ਲੁਧਿਆਣੇ ਦੇ ਇੱਕ ਮਹੱਲਾ ਜਿਹੜਾ ਪੌਸ਼ ਕਲੋਨੀ ਹੈ ਇੱਥੋਂ ਦੀ ਗੁਰਦੇਵ ਨਗਰ ਵਿੱਚ ਇਜ਼ ਐਡਜਸੈਂਟ ਟੂ ਸਰਾਭਾ ਨਗਰ ਇਹ ਉੱਥੋਂ ਦੇ ਕੂੜੇ ਦਾ ਢੇਰ ਹੈ ਅਤੇ ਇਹਦਾ ਸਰਕਾਰਾਂ ਨੇ ਕਦੋਂ ਸੋਚਣਾ ਕਦੋਂ ਇਹਦੇ ਬਾਰੇ ਅਸੀਂ ਸੋਚਣਾ ਲੋਕਾਂ ਨੇ ਸੋਚਣਾ ਸ਼ੁਰੂ ਕਰਨਾ ਅਤੇ ਕਹਿਣ ਦਾ ਭਾਵ ਮੇਰਾ ਇਹੀ ਆ ਇੱਕ ਤਾਂ ਅਸੀਂ ਕੂੜਾ ਬਣਾਈਏ ਘੱਟ ਕਿਉਂ ਅਸੀਂ ਘਰਾਂ ਦੇ ਵਿੱਚ ਪਲਾਸਟਿਕ ਦੀ ਇੰਨੀ ਵਰਤੋਂ ਕਰਦੇ ਹਾਂ ਕਿਉਂ ਘਰਾਂ ਦੇ ਵਿੱਚ ਅਸੀਂ ਸਟਾਇਰੋਫੋਮ ਵਰਗੀਆਂ ਚੀਜ਼ਾਂ ਯੂਜ਼ ਕਰਦੇ ਹਾਂ ਜਿਨ੍ਹਾਂ ਨੇ ਕਦੇ ਧਰਤੀ ਦੇ ਉੱਤੇ ਗਲਣਾ ਹੀ ਨਹੀਂ ਹੈ ਦੇ ਆਰ ਪਲੂਟਿੰਗ ਦ ਮਦਰ ਅਰਥ ਦੇ ਪਲੂਟਿੰਗ ਦ ਮਰੀਨ ਲਾਈਫ ਦੇ ਪਲੂਟਿੰਗ ਦ ਵਾਈਲਡ ਲਾਈਫ ਇਹ ਸਾਡੀ ਲਾਈਫ ਨੂੰ ਵੀ ਇਹ ਚੰਗੀ ਤਰ੍ਹਾਂ ਬੇਕਾਰ ਕਰ ਰਹੇ ਨੇ ਸਾਨੂੰ ਡਿਜ਼ੀਜ਼ ਦੇ ਰਹੇ ਨੇ ਆਲਰੇਡੀ ਪੰਜਾਬ ਦੇ ਵਿੱਚ ਜਿਹੜਾ ਕੈਂਸਰ ਰੇਟ ਆ ਬਹੁਤ ਜ਼ਿਆਦਾ ਵੱਧ ਚੁੱਕਾ ਇਹ ਸਾਰੀਆਂ ਚੀਜ਼ਾਂ ਨੇ ਜਦੋਂ ਕਿਸੇ ਨੇ ਇਹਨੂੰ ਅੱਗ ਲਗਾਉਣੀ ਕਿਉਂਕਿ ਇਹਦਾ ਕੋਈ ਉਹ ਤਾਂ ਰੀਸਾਈਕਲਿੰਗ ਜ਼ਿਆਦਾ ਨਹੀਂ ਹੋ ਰਹੀ ਨਾ ਹੀ ਇਹਨਾਂ ਦਾ ਕੋਈ ਇਲਾਜ ਕੀਤਾ ਜਾ ਰਿਹਾ ਇੱਦਾਂ ਦਾ ਸੋਲਿਡ ਵੇਸਟ ਮੈਨੇਜਮੈਂਟ ਜਿਹੜੀ ਪੰਜਾਬ ਵਿੱਚ ਬਹੁਤ ਵਧੀਆ ਨਹੀਂ ਚੱਲ ਰਹੀ ਹੈ ਸਾਰੇ ਜਾਣਦੇ ਹੋ 1 ਲੱਖ ਸਾਲ ਤੱਕ ਇਹ ਜਿਹੜੀ ਥਰਮੋਕੋਲ ਦਾ ਭਾਂਡਾ ਸਟਾਇਰੋਫੋਮ ਹੈ ਦੇ ਡੂ ਨੋਟ ਬਾਇਓ ਡੀਗ੍ਰੇਡ ਦੇ ਡੀਗ੍ਰੇਡ ਹੁੰਦੇ ਹੀ ਨਹੀਂ ਇਹ ਤਾਂ ਕਿਉਂ ਅਸੀਂ ਇਹਨੂੰ ਵਰਤ ਰਹੇ ਹਾਂ ਕਿਉਂ ਅਸੀਂ ਆਪਣੇ ਪੰਜਾਬ ਦਾ ਜਿਹੜਾ ਬੇੜਾ ਗਰਕ ਕਰ ਰਹੇ ਹਾਂ ਕਿਉਂ ਉਹਨੂੰ ਨਰਕ ਬਣਾ ਕੇ ਰੱਖਿਆ ਆਹ ਚੀਜ਼ਾਂ ਸਾਡੇ ਪੰਜਾਬੀ ਡਿਜ਼ਰਵ ਨਹੀਂ ਕਰਦੇ ਸਾਡੇ ਬੱਚੇ ਸਾਡੀ ਇੱਥੋਂ ਦੀ ਪਾਪੂਲੇਸ਼ਨ ਨੇ ਡਿਜ਼ਰਵ ਨਹੀਂ ਕਰਦੀ ਕਿ ਅਸੀਂ ਇਸ ਮਾਹੌਲ ਦੇ ਵਿੱਚ ਰਹੀਏ ਅਤੇ ਮੇਰਾ ਕਹਿਣ ਦਾ ਭਾਵ ਸਿਰਫ ਇੰਨਾ ਹੀ ਹੈ ਕਿ ਪਲਾਸਟਿਕ ਥਰਮੋਕੋਲ ਸਟਾਇਰੋਫੋਮ ਦੇ ਭਾਂਡਿਆਂ ਤੋਂ ਇਨ ਲਿਫਾਫਿਆਂ ਤੋਂ ਬਚੋ ਆਪਣੇ ਘਰਾਂ ਵਿੱਚ ਕਾਗਜ਼ ਦੇ ਜਾਂ ਕੱਪੜੇ ਦੇ ਝੋਲੇ ਬਣਾਓ ਸਟੀਲ ਦੇ ਭਾਂਡੇ ਵਰਤੋ